ਬ੍ਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਅਮਰਜੀਤ, ਬ੍ਰੌਡਵੇ ਇਮੀਗ੍ਰੇਸ਼ਨ ਸਰਵਿਸਿਸ ਤੋਂ। ਲਗਾਤਾਰ ਕੋਸ਼ਿਸ਼ ਹੁੰਦੀ ਹੈ ਇਸ ਚੈਨਲ ਦੇ ਜ਼ਰੀਏ ਯੂਕੇ ਨੂੰ ਲੈ ਕੇ ਹਰ ਇੰਪੋਰਟੈਂਟ ਡਾਊਟਸ, ਕਨਫਿਊਜ਼ਨਸ ਜਿਹੜੀਆਂ ਨੇ ਤੁਹਾਡੀਆਂ, ਉਹਨਾਂ ਨੂੰ ਦੂਰ ਕਰਦੇ ਰਹੀਏ ਔਰ ਲਗਾਤਾਰ ਤੁਹਾਨੂੰ ਅਪਡੇਟ ਰੱਖੀਏ। ਸੋ ਯੂਕੇ ਇੰਪੋਰਟੈਂਟ ਚੀਜ਼ ਕੀ ਹੈ ਅੱਜ ਜਿਹੜੀ ਦੱਸਣੀ ਹੈ ਕਿ ਯੂਕੇ ਇਸ ਟਾਈਮ ਸਭ ਤੋਂ ਜ਼ਿਆਦਾ ਰਿਲੈਕਸ ਗਿਣਿਆ ਜਾ ਰਿਹਾ ਵੀਜ਼ਾ ਦੇ ਸਕਸੈਸ ਰੇਟ ਨੂੰ ਲੈ ਕੇ, ਐਡਮਿਸ਼ਨ ਦੀ ਪੋਲਿਸੀ ਨੂੰ ਲੈ ਕੇ ਯੂਨੀਵਰਸਿਟੀਆਂ ਵੱਲੋਂ ਔਰ ਸਪੀਡ ਦੇ ਪ੍ਰੋਸੈਸ ਨੂੰ ਲੈ ਕੇ। ਸੋ ਇਸ ਟਾਈਮ ਬਹੁਤ ਸਹੀ ਟਾਈਮ ਹੈ ਯੂਕੇ ਦੀ ਐਪਲੀਕੇਸ਼ਨ ਲਾਉਣ ਦਾ। ਬਹੁਤ ਸਾਰੇ ਜਿਹੜੇ ਵੀਕ ਪ੍ਰੋਫਾਈਲ ਆਪਾਂ ਜਿਨ੍ਹਾਂ ਨੂੰ ਕਹਿ ਦਿੰਦੇ ਹਾਂ, ਵੀਕ ਪ੍ਰੋਫਾਈਲ ਆਪਾਂ ਕਿਹਨਾਂ ਨੂੰ ਕਹਿੰਦੇ ਹਾਂ, 50% ਵਾਲਿਆਂ ਨੂੰ ਜਾਂ ਉਸ ਤੋਂ ਵੀ ਘੱਟ ਕਈਆਂ ਦੇ ਹੁੰਦੇ ਨੇ। ਇੰਗਲਿਸ਼ 'ਚ 60% ਚਾਹੀਦੇ ਆ ਵੀਰੇ, ਤੁਸੀਂ ਐਡਮਿਸ਼ਨ ਯੂਕੇ ਦੀ ਪੂਰੀ ਕਰ ਸਕਦੇ ਹੋ, ਤੁਸੀਂ ਇੰਟਰਵਿਊ ਯੂਕੇ ਦੀ ਪੂਰੀ ਕਰ ਸਕਦੇ ਹੋ ਔਰ ਤੁਸੀਂ ਵੀਜ਼ਾ ਲੈ ਸਕਦੇ ਹੋ। ਜਿਹੜੇ ਬੱਚਿਆਂ ਨੂੰ ਕਿਤੇ ਨਾ ਕਿਤੇ ਆਪਣੀ ਇੰਗਲਿਸ਼ ਵੀਕ ਲੱਗ ਰਹੀ ਹੈ, ਉਹਨਾਂ ਨੂੰ ਮੇਰੀ ਐਡਵਾਈਸ ਆਇਆ ਕਿ ਉਹ ਯੂਕੇ VI ਦਾ IELTS ਐਗਜ਼ਾਮ ਕਲੀਅਰ ਕਰ ਲੈਣ। ਉਹਦੀ ਕੋਚਿੰਗ ਵੀ ਅਸੀਂ ਦੇਵਾਂਗੇ, ਉਹਦੀ ਇਗਜ਼ਾਮ ਦੀ ਫੀਸ ਵੀ ਅਸੀਂ ਦੇਵਾਂਗੇ। ਜੇ ਤੁਸੀਂ ਉਹਦੇ 'ਚ 5 ਬੈਂਡ ਲੈਣ 'ਚ ਕਾਮਯਾਬ ਹੋ ਜਾਂਦੇ ਹੋ, ਬਿਨਾਂ ਇੰਟਰਵਿਊ ਤੋਂ ਪੂਰਾ ਵੀਜ਼ਾ ਤੁਸੀਂ ਆਪਣਾ ਹਾਸਲ ਕਰ ਸਕਦੇ ਹੋ। ਕਿਉਂਕਿ ਇੰਟਰਵਿਊ ਦੇ ਵੀਜ਼ਾ ਆਉਣ ਦੇ, ਇੰਟਰਵਿਊ ਵੀਜ਼ੇ ਦੀ ਇੰਟਰਵਿਊ ਆਉਣ ਦੇ ਜਿਹੜੇ ਚਾਂਸ ਹੈ ਉਹ ਹਾਰਡਲੀ 10% ਹੁੰਦੇ ਆ। ਲੇਕਿਨ ਅਗਰ ਤੁਹਾਡੇ ਕੋਲ UKVI ਦਾ IELTS ਹੋਊਗਾ, +2 ਪਾਸ ਸਟੂਡੈਂਟ ਕੋ, 2017 +2 ਪਾਸ, ਇੰਨਾ ਗੈਪ ਵੀ ਚੱਲੂਗਾ 4 ਸਾਲ ਦਾ, 50% ਵੀ ਚੱਲਣਗੇ। UKVI IELTS ਦਾ ਸਕੋਰ ਸਿਰਫ 5 ਬੈਂਡ ਹੋਊਗਾ, 4.5 ਇੰਚ ਹੋਊਗਾ, ਤਾਂ ਤੁਸੀਂ ਬਿਨਾਂ ਯੂਨੀਵਰਸਿਟੀ ਦੀ ਇੰਟਰਵਿਊ ਦੇ ਡਾਇਰੈਕਟ ਆਪਣਾ ਕਾਸ, ਆਪਣੀ ਐਡਮਿਸ਼ਨ UK ਲਈ ਪ੍ਰੋਸੈਸ ਕਰ ਸਕਦੇ ਹੋ। ਔਰ ਜਿਹੜਾ ਤੁਹਾਨੂੰ UKVI ਦਾ 5 ਬੈਂਡ 4.5 ਇੰਚ ਚਾਹੀਦੇ ਆ, ਉਹਦੇ ਲਈ ਟ੍ਰੇਨਿੰਗ ਵੀ ਅਸੀਂ ਫ੍ਰੀ ਆਫ ਕੋਸਟ ਦੇਵਾਂਗੇ, ਪਲੱਸ ਉਸ ਪੇਪਰ ਦੀ ਫੀਸ ਵੀ ਬ੍ਰੌਡਵੇ ਦਊਗੀ, ਤੁਸੀਂ ਨਹੀਂ ਦੇਣੀ, ਤੁਸੀਂ ਆਪਣਾ ਵੀਜ਼ਾ ਲੈਣਾ। ਜੇ ਤੁਹਾਡਾ ਸਕੋਰ ਆ ਗਿਆ ਤਾਂ ਤੁਹਾਡੀ ਐਪਲੀਕੇਸ਼ਨ ਅੱਗੇ ਚੱਲੂਗੀ, ਸਕੋਰ ਨਹੀਂ ਆਇਆ ਤੁਹਾਨੂੰ ਕੋਈ ਪੈਸੇ ਪੇਪਰ ਦੇ ਨਹੀਂ ਭਰਨੇ, ਤੁਸੀਂ ਕੇਸ ਨੂੰ ਕਿਤੇ ਹੋਰ ਚਲਾਉਣਾ ਚਾਹੋ, ਕਿਤੇ ਹੋਰ ਆਪਣਾ ਐਲੀਜੀਬਲ ਹੁੰਦਾ ਹੋਊਗਾ, ਤਾਂ ਫਿਰ ਆਪਾਂ ਉਸ ਤਰੀਕੇ ਨਾਲ ਦੇਖਾਂਗੇ। ਸੋ ਆਹ ਜਿਹੜਾ ਬੈਨੀਫਿਟ ਹੈ, ਜਿਹੜੇ ਵੀ ਦੋਸਤ ਲੈਣਾ ਚਾਹੁੰਦੇ ਆ ਟੀਮ ਨੂੰ ਕੰਟੈਕਟ ਕਰ ਲੈਣ। ਔਰ UK ਲਈ ਇਸ ਟਾਈਮ ਨੂੰ, ਇਸ ਮੌਕੇ ਨੂੰ ਕਿਸੇ ਨੂੰ ਵੀ ਛੱਡਣਾ ਨਹੀਂ ਚਾਹੀਦਾ। ਔਰ ਜਿਹੜੇ ਗ੍ਰੈਜੂਏਟ ਬੱਚੇ ਆ ਉਹਨਾਂ ਕੋਲ ਵੀ ਅਗਰ IELTS ਨਹੀਂ ਗਾ ਬਟ ਉਹਨਾਂ ਦੀ ਡਿਗਰੀ ਇੰਗਲਿਸ਼ ਮੀਡੀਅਮ 'ਚ ਹੋਈ ਹੈ, ਉਹਨਾਂ ਨੇ ਇੰਗਲਿਸ਼ ਮੀਡੀਅਮ ਦੇ ਵਿੱਚ ਗ੍ਰੈਜੂਏਸ਼ਨ ਕੀਤੀ ਹੈ, ਚਾਹੇ BBA ਕੀਤੀ ਹੈ, BCOM ਕੀਤੀ ਹੈ, BA ਕੀਤੀ ਹੈ, BSc ਕੀਤੀ ਹੈ, ਉਹ ਸਾਰੇ ਬੱਚੇ ਵੀ 50% ਦੇ ਨਾਲ UK ਦਾ ਸੁਪਨਾ ਪੂਰਾ ਕਰ ਸਕਦੇ। ਸਤਿ ਸ਼੍ਰੀ ਅਕਾਲ, ਨਮਸਕਾਰ ਦੋਸਤੋ। ਜੋ ਦੋਸਤ ਬ੍ਰੌਡਵੇ ਇਮੀਗ੍ਰੇਸ਼ਨ ਕੀ ਸਰਵਿਸਿਸ ਲੈਣਾ ਚਾਹਤੇ ਹੈ, ਵੋ ਕੈਸੇ ਹਮਾਰੇ ਸਾਥ ਕੰਟੈਕਟ ਕਰ ਸਕਤੇ ਹੈ, ਉਸਕੇ ਲੀਏ ਮੈਂ ਆਪਕੋ ਸ਼ੁਰੂ ਮੇਂ ਜ਼ਰੂਰ ਬਤਾਊਂਗਾ। ਸੋ ਯੂ ਜਸਟ ਹੈਵ ਟੂ ਫੋਲੋ 3 ਸਟੈਪਸ, ਅ ਸਿੰਪਲ 3 ਸਟੈਪਸ। ਨੰਬਰ 1, ਯੂ ਨੀਡ ਟੂ ਵਿਜ਼ਿਟ ਆਰ ਵੈਬਸਾਈਟ broadwaystudy.com। ਨੰਬਰ 2, ਯੂ ਨੀਡ ਟੂ ਫਿਲ ਅ ਫੋਰਮ, ਵੈਬਸਾਈਟ 'ਤੇ ਇੱਕ ਫੋਰਮ ਹੋਗਾ, ਯੂ ਹੈਵ ਟੂ ਫਿਲ ਯੂਰ ਨੇਮ, ਨੰਬਰ ਐਂਡ ਦ ਕੰਟਰੀ ਯੂ ਵਿਸ਼ ਟੂ ਟਰੈਵਲ। ਐਂਡ ਨੰਬਰ 3, ਉਸਕੇ ਬਾਅਦ ਜਬ ਆਪ ਫੋਰਮ ਸਬਮਿਟ ਕਰੇਂਗੇ, ਯੂ ਕੈਨ ਸੀ ਆਵਰ ਆਨਲਾਈਨ ਕਾਉਂਸਲਰਸ ਆਊਟ ਦੇਅਰ, ਯੂ ਕੈਨ ਸਿਲੈਕਟ ਯੂਰ ਕਾਉਂਸਲਰ ਬਾਏ ਜਸਟ ਕਲਿਕਿੰਗ ਐਨੀ ਵਨ ਆਫ ਦੈਮ, ਐਂਡ ਦਾ ਵੀਡੀਓ ਕਾਲ ਵਿਲ ਸਟਾਰਟ ਆਟੋਮੈਟਿਕਲੀ। ਜੈਸੇ ਆਪ ਕਿਸੀ ਇੱਕ ਕਾਉਂਸਲਰ ਕੇ ਨਾਮ ਪੇ ਕਲਿਕ ਕਰੇਂਗੇ, ਵੋ ਵੀਡੀਓ ਕਾਲ ਆਪਣੇ ਆਪ ਆਟੋਮੈਟਿਕਲੀ ਸਟਾਰਟ ਹੋ ਜਾਏਗੀ। ਸੋ ਐਨੀ ਵੇਅਰ ਫਰੋਮ ਇੰਡੀਆ, ਆਊਟਸਾਈਡ ਇੰਡੀਆ, ਯੂ ਵਿਸ਼ ਟੂ ਟੇਕ ਅ ਬ੍ਰੌਡਵੇ ਇਮੀਗ੍ਰੇਸ਼ਨ ਸਰਵਿਸਿਸ, ਯੂ ਕੈਨ ਅਪਲਾਈ ਵਿਦ ਅਸ ਆਨਲਾਈਨ ਫਰੋਮ ਯੂਰ ਹੋਮ, ਫਰੋਮ ਯੂਰ ਕੰਟਰੀ। ਥੈਂਕ ਯੂ। ਬ੍ਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ।